ਹਸਪਤਾਲ ਦੇ ਵਿੱਚ ਪਏ ਇਸ ਵਿਅਕਤੀ ਨੂੰ ਬੂਟਿਆਂ ਦੇ ਨੁਕਸਾਨ ਦਾ ਉਲਾਂਭਾ ਦੇਣਾ ਮਹਿੰਗਾ ਪੈ ਗਿਆ ਜਦੋਂ ਲੋਕਾਂ ਨੇ ਇਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਟ੍ਰੇਨ ਦੀਆਂ ਪਟੜੀਆਂ ਤੇ ਸੁੱਟ ਦਿੱਤਾ, ਜਿਸ ਤੋਂ ਬਾਅਦ ਟ੍ਰੇਨ ਇਸ ਵਿਅਕਤੀ ਦੇ ਉੱਤੋਂ ਦੀ ਲੰਘ ਗਈ, ਜਿਸ ਕਾਰਨ ਇਸ ਨੂੰ ਆਪਣੀਆਂ ਦੋਵੇਂ ਲੱਤਾਂ ਗਵਾਣੀਆਂ ਪਈਆਂ। ਇਹ ਘਟਨਾ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਸਾਹਮਣੇ ਆਈ ਹੈ, ਜਿੱਥੇ ਇਸ ਵਿਅਕਤੀ ਨੂੰ ਬੂਟਿਆਂ ਦੇ ਨੁਕਸਾਨ ਸੰਬੰਧੀ ਉਲਾਂਭਾ ਦੇਣਾ ਮਹਿੰਗਾ ਪਿਆ। ਲੋਕਾਂ ਵੱਲੋਂ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਗੰਭੀਰ ਰੂਪ 'ਚ ਜ਼ਖਮੀ ਕੀਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਰੇਲ ਦੀਆਂ ਪਟੜੀਆਂ ਤੇ ਸੁੱਟ ਦਿੱਤਾ ਗਿਆ, ਜਿਸ ਕਾਰਨ ਇਹ ਹੋਰ ਵੀ ਜ਼ਖਮੀ ਹੋ ਗਿਆ। ਹਾਲਾਂਕਿ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਸ਼ਖਸ ਨੇ ਆਪਣੀਆਂ ਦੋਵੇਂ ਲੱਤਾਂ ਗਵਾ ਦਿੱਤੀਆਂ। ਦਰਅਸਲ ਇੱਕ ਧਾਰਮਿਕ ਜਗ੍ਹਾ ਤੇ ਬੂਟੇ ਲਗਾਏ ਗਏ ਸਨ, ਜਿਸ ਦਾ ਨੁਕਸਾਨ ਬੱਕਰੀਆਂ ਗਾਵਾਂ ਵੱਲੋਂ ਕੀਤਾ ਜਾ ਰਿਹਾ ਸੀ, ਅਤੇ ਜਦੋਂ ਬੱਕਰੀਆਂ ਗਾਵਾਂ ਦੇ ਮਾਲਕ ਨੂੰ ਇਸ ਦਾ ਉਲਾਂਭਾ ਰਣਜੀਤ ਸਿੰਘ ਨੇ ਦਿੱਤਾ ਤਾਂ ਰਣਜੀਤ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ, ਜਿਸ ਤੋਂ ਬਾਅਦ ਉਸਨੂੰ ਰੇਲ ਦੀਆਂ ਪਟੜੀਆਂ ਤੇ ਸੁੱਟ ਦਿੱਤਾ, ਤੇ ਹੁਣ ਡਾਕਟਰ ਨੇ ਰਣਜੀਤ ਸਿੰਘ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਨੇ। ਇਸ ਸੰਬੰਧੀ ਥਾਣਾ ਪੱਟੀ ਦੇ ਪੁਲਿਸ ਨੇ 5 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਦੇ ਵਿੱਚ ਪਏ ਇਸ ਵਿਅਕਤੀ ਨੂੰ ਬੂਟਿਆਂ ਦੇ ਨੁਕਸਾਨ ਦਾ ਉਲਾਂਭਾ ਦੇਣਾ ਮਹਿੰਗਾ ਪੈ ਗਿਆ ਜਦੋਂ ਲੋਕਾਂ ਨੇ ਇਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਟ੍ਰੇਨ ਦੀਆਂ ਪਟੜੀਆਂ ਤੇ ਸੁੱਟ ਦਿੱਤਾ, ਜਿਸ ਤੋਂ ਬਾਅਦ ਟ੍ਰੇਨ ਇਸ ਵਿਅਕਤੀ ਦੇ ਉੱਤੋਂ ਦੀ ਲੰਘ ਗਈ, ਜਿਸ ਕਾਰਨ ਇਸ ਨੂੰ ਆਪਣੀਆਂ ਦੋਵੇਂ ਲੱਤਾਂ ਗਵਾਣੀਆਂ ਪਈਆਂ। ਇਹ ਘਟਨਾ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਸਾਹਮਣੇ ਆਈ ਹੈ, ਜਿੱਥੇ ਇਸ ਵਿਅਕਤੀ ਨੂੰ ਬੂਟਿਆਂ ਦੇ ਨੁਕਸਾਨ ਸੰਬੰਧੀ ਉਲਾਂਭਾ ਦੇਣਾ ਮਹਿੰਗਾ ਪਿਆ। ਲੋਕਾਂ ਵੱਲੋਂ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਗੰਭੀਰ ਰੂਪ 'ਚ ਜ਼ਖਮੀ ਕੀਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਰੇਲ ਦੀਆਂ ਪਟੜੀਆਂ ਤੇ ਸੁੱਟ ਦਿੱਤਾ ਗਿਆ, ਜਿਸ ਕਾਰਨ ਇਹ ਹੋਰ ਵੀ ਜ਼ਖਮੀ ਹੋ ਗਿਆ। ਹਾਲਾਂਕਿ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਸ਼ਖਸ ਨੇ ਆਪਣੀਆਂ ਦੋਵੇਂ ਲੱਤਾਂ ਗਵਾ ਦਿੱਤੀਆਂ। ਦਰਅਸਲ ਇੱਕ ਧਾਰਮਿਕ ਜਗ੍ਹਾ ਤੇ ਬੂਟੇ ਲਗਾਏ ਗਏ ਸਨ, ਜਿਸ ਦਾ ਨੁਕਸਾਨ ਬੱਕਰੀਆਂ ਗਾਵਾਂ ਵੱਲੋਂ ਕੀਤਾ ਜਾ ਰਿਹਾ ਸੀ, ਅਤੇ ਜਦੋਂ ਬੱਕਰੀਆਂ ਗਾਵਾਂ ਦੇ ਮਾਲਕ ਨੂੰ ਇਸ ਦਾ ਉਲਾਂਭਾ ਰਣਜੀਤ ਸਿੰਘ ਨੇ ਦਿੱਤਾ ਤਾਂ ਰਣਜੀਤ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ, ਜਿਸ ਤੋਂ ਬਾਅਦ ਉਸਨੂੰ ਰੇਲ ਦੀਆਂ ਪਟੜੀਆਂ ਤੇ ਸੁੱਟ ਦਿੱਤਾ, ਤੇ ਹੁਣ ਡਾਕਟਰ ਨੇ ਰਣਜੀਤ ਸਿੰਘ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਨੇ। ਇਸ ਸੰਬੰਧੀ ਥਾਣਾ ਪੱਟੀ ਦੇ ਪੁਲਿਸ ਨੇ 5 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਦੇ ਵਿੱਚ ਪਏ ਇਸ ਵਿਅਕਤੀ ਨੂੰ ਬੂਟਿਆਂ ਦੇ ਨੁਕਸਾਨ ਦਾ ਉਲਾਂਭਾ ਦੇਣਾ ਮਹਿੰਗਾ ਪੈ ਗਿਆ ਜਦੋਂ ਲੋਕਾਂ ਨੇ ਇਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਟ੍ਰੇਨ ਦੀਆਂ ਪਟੜੀਆਂ ਤੇ ਸੁੱਟ ਦਿੱਤਾ, ਜਿਸ ਤੋਂ ਬਾਅਦ ਟ੍ਰੇਨ ਇਸ ਵਿਅਕਤੀ ਦੇ ਉੱਤੋਂ ਦੀ ਲੰਘ ਗਈ, ਜਿਸ ਕਾਰਨ ਇਸ ਨੂੰ ਆਪਣੀਆਂ ਦੋਵੇਂ ਲੱਤਾਂ ਗਵਾਣੀਆਂ ਪਈਆਂ। ਇਹ ਘਟਨਾ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਸਾਹਮਣੇ ਆਈ ਹੈ, ਜਿੱਥੇ ਇਸ ਵਿਅਕਤੀ ਨੂੰ ਬੂਟਿਆਂ ਦੇ ਨੁਕਸਾਨ ਸੰਬੰਧੀ ਉਲਾਂਭਾ ਦੇਣਾ ਮਹਿੰਗਾ ਪਿਆ। ਲੋਕਾਂ ਵੱਲੋਂ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਗੰਭੀਰ ਰੂਪ 'ਚ ਜ਼ਖਮੀ ਕੀਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਰੇਲ ਦੀਆਂ ਪਟੜੀਆਂ ਤੇ ਸੁੱਟ ਦਿੱਤਾ ਗਿਆ, ਜਿਸ ਕਾਰਨ ਇਹ ਹੋਰ ਵੀ ਜ਼ਖਮੀ ਹੋ ਗਿਆ। ਹਾਲਾਂਕਿ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਸ਼ਖਸ ਨੇ ਆਪਣੀਆਂ ਦੋਵੇਂ ਲੱਤਾਂ ਗਵਾ ਦਿੱਤੀਆਂ। ਦਰਅਸਲ ਇੱਕ ਧਾਰਮਿਕ ਜਗ੍ਹਾ ਤੇ ਬੂਟੇ ਲਗਾਏ ਗਏ ਸਨ, ਜਿਸ ਦਾ ਨੁਕਸਾਨ ਬੱਕਰੀਆਂ ਗਾਵਾਂ ਵੱਲੋਂ ਕੀਤਾ ਜਾ ਰਿਹਾ ਸੀ, ਅਤੇ ਜਦੋਂ ਬੱਕਰੀਆਂ ਗਾਵਾਂ ਦੇ ਮਾਲਕ ਨੂੰ ਇਸ ਦਾ ਉਲਾਂਭਾ ਰਣਜੀਤ ਸਿੰਘ ਨੇ ਦਿੱਤਾ ਤਾਂ
ਰਣਜੀਤ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਰੇਲ ਦੀਆਂ ਪਟੜੀਆਂ ਤੇ ਸੁੱਟ ਦਿੱਤਾ ਤੇ ਹੁਣ ਡਾਕਟਰ ਨੇ ਰਣਜੀਤ ਸਿੰਘ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਨੇ। ਇਸ ਸੰਬੰਧੀ ਥਾਣਾ ਪੱਟੀ ਦੇ ਪੁਲਿਸ ਨੇ 5 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।